ਪੰਜਾਬ ਇਸ ਵੇਲੇ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਿਹਾ ਹੈ। ਕਿਸਾਨ ਆਪਣੇ ਹੱਕਾਂ ਲਈ ਸੜਕਾਂ ਤੇ ਨੇ ਤੇ ਨੌਜਵਾਨ ਲੋਕ ਬੇਰੋਜ਼ਗਾਰੀ ਦੇ ਮਾਰੇ ਆਪਣੀ ਧਰਤੀ ਛੱਡ ਕੇ ਵਿਦੇਸ਼ਾਂ ਵਿੱਚ ਪ੍ਰਵਾਸ ਕਰ ਰਹੇ ਨੇ। ਕੁਝ ਕਿਸਾਨ ਅਜੇ ਵੀ ਹਨ ਜੋ ਹਨੇਰੇ ਵਿੱਚ ਵੀ ਰੋਸ਼ਨੀ ਦੀ ਤਲਾਸ਼ ਕਰ ਰਹੇ ਨੇ। ਅਸੀਂ ਗੱਲ ਕਰ ਰਹੇ ਹਾਂ ਕੋਟਕਪੁਰਾ ਦੀ ਕਿਸਾਨ ਸੰਸਥਾ ਕਿਸਾਨ ਗੁਰੂਕੁਲ ਦੀ। ਇਸ ਸੰਸਥਾ ਵੱਲੋਂ ਕਾਲੀ ਕਣਕ ਦੀ ਬਿਜਾਈ ਲਈ ਮੁਫਤ ਵਿੱਚ ਕਿਸਾਨਾਂ ਨੂੰ ਬੀਜ ਵੰਡੇ ਜਾ ਰਹੇ ਨੇ। ਇਹ ਜਿਹੜਾ ਕਾਲੀ ਕਣਕ ਜਿਹੜੀ ਹੈਗੀ ਹੈ ਔਰ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਕਿਸਾਨ ਉਤਪਾਦਕ ਸੰਗਠਨ ਦੇ ਮਾਧਿਅਮ ਨਾਲ ਕਾਲੀ ਕਣਕ ਦਾ ਬੀਜ ਲੋਕਾਂ ਨੂੰ ਅਸੀਂ ਜਿਹੜਾ ਹੈਗਾ ਬਿਲਕੁਲ ਫ੍ਰੀ ਵਿਤਰਨ ਕੀਤਾ। ਤਕਰੀਬਨ 500 ਏਕੜ ਦਾ ਬੀਜ ਹੈ ਜਿਹੜਾ ਹੈਗਾ ਉਹ ਸਾਡੀ ਸੰਸਥਾ ਕਿਸਾਨ ਗੁਰੂਕੁਲ ਯੂਪੀ ਤੋਂ ਲੈ ਕੇ ਪੰਜਾਬ ਤੱਕ ਰਾਜਸਥਾਨ ਹਰਿਆਣਾ ਯੂਪੀ ਅਸੀਂ ਵੰਡ ਚੁੱਕੇ ਹਾਂ ਔਰ 25 ਦੇ ਕਰੀਬ ਕਿਸਾਨ ਸਹਾਇਤਾ ਸਮੂਹਾਂ ਨੂੰ ਇਹ ਕਣਕ ਜਿਹੜੀ ਵੰਡੀ ਜਾ ਚੁੱਕੀ ਹੈ ਔਰ ਤਕਰੀਬਨ 2000 ਫਾਰਮਰ ਜਿਹੜਾ ਹੈਗਾ ਉਹਦਾ ਲਾਭ ਲੈ ਚੁੱਕੇ। ਕਾਲੀ ਕਣਕ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਲਈ ਵੀ ਲਾਹੇਵੰਦ ਹੈ ਤੇ ਇਸ ਨੂੰ ਬੀਜਣ ਨਾਲ ਕਿਸਾਨਾਂ ਨੂੰ ਹੋਰ ਵੀ ਕਈ ਫਾਇਦੇ ਹੋਣਗੇ। ਦੇਖੋ ਕਾਲੀ ਕਣਕ ਦੀ ਜੇ ਮੈਂ ਗੱਲ ਕਰਾਂ, ਪਹਿਲੀ ਗੱਲ ਤਾਂ ਸਾਨੂੰ ਮਾਣ ਹੋਣਾ ਚਾਹੀਦਾ ਹੈ ਇਸ ਗੱਲ 'ਤੇ ਕਿ ਇਹ ਸਾਡੇ ਪੰਜਾਬ ਦੀ ਬਰੀਡ ICAR ਮੋਹਾਲੀ ਦੀ ਪੈਦਾਇਸ਼ ਹੈ, ਇਹ ਕੋਈ ਬਾਹਰੋਂ ਨਹੀਂ ਆਈ ਕਿਤੋਂ। ਔਰ ਦੂਜੀ ਗੱਲ ਜਿਹੜੀ ਹੈਗੀ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਟੀਨ ਹੈ, 13% ਦੇ ਕਰੀਬ, ਹਾਈ ਫਾਈਬਰ ਹੈ ਔਰ ਇਹ ਐਂਟੀ ਏਜਿੰਗ ਹੈ, ਰਿਵਰਸ ਏਜਿੰਗ ਕਰਦੀ ਹੈ, ਬੰਦੇ ਨੂੰ ਜਵਾਨ ਰੱਖਦੀ ਹੈ ਔਰ ਸ਼ੂਗਰ ਦਾ ਲੈਵਲ ਜਿਹੜਾ ਹੈਗਾ ਕੰਟਰੋਲ ਕਰਦੀ ਹੈ, ਇਨਸੂਲਿਨ ਨੂੰ ਵੀ ਕੰਟਰੋਲ ਕਰਦੀ ਹੈ। ਜਿਹੜੇ ਬੰਦਿਆਂ ਨੂੰ ਕਣਕ ਦੀ ਐਲਰਜੀ ਹੈ, ਵੀਟ ਐਲਰਜੀ ਹੈ, ਉਹਨਾਂ ਨੂੰ ਵੀ ਜਿਹੜਾ ਹੈਗਾ ਇਹਦਾ ਆਟਾ ਪ੍ਰਿਸਕ੍ਰਾਈਬਡ ਹੈ ਅਤੇ ਉਹ ਮਤਲਬ ਕਿ ਇਹਦੇ ਆਟੇ ਨਾਲ ਉਹਨਾਂ ਨੂੰ ਐਲਰਜੀ ਨਹੀਂ ਹੋਊਗੀ। ਇੰਨੀਆਂ ਬਿਮਾਰੀਆਂ ਤੋਂ ਮਤਲਬ ਕੈਂਸਰ ਤੱਕ ਦੀਆਂ ਬਿਮਾਰੀਆਂ ਤੋਂ ਇਹ ਜਿਹੜੀ ਹੈਗੀ ਬਚਾਉਂਦੀ ਹੈ। ਜੇ 1000 ਕਿਸਾਨ ਇਕੱਠਾ ਹੋ ਜਾਂਦਾ ਤਾਂ ਉਹ ਕਿਸੇ ਵੀ ਕਾਰਪੋਰੇਟ ਘਰਾਣੇ ਤੋਂ ਘੱਟ ਨਹੀਂ। ਜਿਵੇਂ ਅੱਜ ਆਪਾਂ ਅਡਾਨੀ ਅਬਾਨੀ ਦੀ ਗੱਲ ਪੰਜਾਬ 'ਚ ਕਰਦੇ ਹਾਂ ਤਾਂ ਮੈਂ ਇਹ ਤੁਹਾਡੇ ਮਾਧਿਅਮ ਰਾਹੀਂ ਸਾਰੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਦਾ, ਜੇ 1000 ਕਿਸਾਨਾਂ ਦਾ ਸਮੂਹ ਮੇਰੇ ਨਾਲ ਸੰਪਰਕ ਕਰੇ ਤਾਂ ਜਿਹੜੇ ਅਡਾਨੀ ਦੇ ਸ਼ੈਲੇਜ ਪਲਾਂਟ ਲੱਗੇ ਆ ਉਹਨਾਂ ਦੇ ਬਰਾਬਰ ਸ਼ੈਲੇਜ ਪਲਾਂਟ ਆਪਣੇ ਲੱਗਣਗੇ ਅਤੇ ਇਕੱਲੇ ਇਕੱਲੇ 1-1 ਕਿੱਲੇ ਵਾਲਾ ਕਿਸਾਨ ਉਹਦਾ ਮਾਲਕ ਹੋਊਗਾ ਔਰ ਉਹਨੂੰ ਇਨਕਮ ਜਾਊਗੀ। ਇਹ ਐਡੀ ਵੱਡੀ ਤਾਕਤ ਹੈ, ਤੋ ਇਹਨੂੰ ਪਛਾਣਨ ਦੀ ਲੋੜ ਹੈ। ਪੰਜੀਕ੍ਰਿਤ ਜੈਵਿਕ ਖੇਤੀ ਕਿਸਾਨ ਸਮੂਹਾਂ ਰਾਹੀਂ ਕਾਲੀ ਕਣਕ, ਦੂਸਰੀਆਂ ਫਸਲਾਂ ਜਿਨ੍ਹਾਂ ਦੀ ਆਮਦਨ ਸਾਨੂੰ ਦੁੱਗਣੀ ਮਿਲਦੀ ਹੈ ਔਰ ਜਿਨ੍ਹਾਂ ਦੀ ਐਕਸਪੋਰਟ ਵਿੱਚ ਮੰਗ ਹੈ, ਬਾਹਰਲੇ ਦੇਸ਼ਾਂ 'ਚ ਮੰਗ ਹੈ, ਜਿਵੇਂ ਇਹਦੇ ਆਟੇ ਦੀ ਬਾਹਰਲੇ ਦੇਸ਼ 'ਚ ਮੰਗ ਹੈ, ਸਾਡਾ ਬੱਚਾ ਜਿਹੜਾ ਹੈਗਾ ਉਹ ਇੱਥੋਂ ਆਟਾ ਲੈ ਕੇ ਐਕਸਪੋਰਟ ਕਰੂਗਾ, ਕਿਸਾਨ ਨੂੰ ਘਰੇ ਆਮਦਨ ਦੁੱਗਣੀ ਮਿਲੂਗੀ, ਬੱਚੇ ਦਾ ਬਾਹਰ ਜਾਣ ਦਾ ਝੱਸ ਪੂਰਾ ਹੋਊਗਾ। ETV ਭਾਰਤ ਨੇ ਜਦੋਂ ਅਜੇ ਕਿਸਾਨਾਂ ਨਾਲ ਗੱਲਬਾਤ ਕੀਤੀ ਜੋ ਇਸ ਕਾਲੀ ਕਣਕ ਨੂੰ ਵੇਖਣ ਤੇ ਇਸ ਦਾ ਬੀਜ ਲੈਣ ਲਈ ਆਏ ਹੋਏ ਸਨ, ਉਹਨਾਂ ਨੇ ਕੀ ਕਿਹਾ ਤੁਸੀਂ ਖੁਦ ਹੀ ਸੁਣੋ। ਅੱਜ ਮੈਂ ਗੁਰੂਕੁਲ 'ਚ ਬਾਈ ਕੁਲਦੀਪ ਧਾਲੀਵਾਲ ਜੀ ਕੋਲੇ ਆਇਆ ਸੀ ਔਰ ਕਾਲੀ ਕਣਕ ਬਾਰੇ ਇਹਨਾਂ ਨੇ ਕਾਫੀ ਪ੍ਰਚਾਰ ਕੀਤਾ ਹੈ। ਅੱਜ ਮੇਰੇ ਨਾਲ 2-3 ਕਿਸਾਨ ਵੀ ਆਏ ਹੈ ਔਰ ਅਸੀਂ ਕਾਲੀ ਕਣਕ ਦਾ ਬੀਜ ਲੈਣ ਵਾਸਤੇ ਆਏ ਸੀ। ਕਿੱਦਾਂ ਲੱਗਦਾ ਕਾਲੀ ਕਣਕ ਬਾਰੇ ਸੁਣਿਆ ਔਰ ਕੀ ਕਹਿੰਦੇ? ਇਹਨਾਂ ਦੇ ਦੱਸਣ ਦੇ ਮੁਤਾਬਕ ਤਾਂ ਜੀ ਕਾਲੀ ਕਣਕ ਦਾ ਬੀਜ ਹੈ ਜਿਹੜਾ ਕਣਕ ਪੈਦਾ ਕਰਾਂਗੇ ਉਹ ਬਹੁਤ ਵਧੀਆ ਹੈ, ਬਾਕੀ ਤਾਂ ਹੁਣ ਇਹਦੇ ਝਾੜ 'ਤੇ ਪਤਾ ਲੱਗੂਗਾ। ਇਹਨਾਂ ਨੇ ਸਾਡੇ ਨਾਲ ਜਿਹੜੀ ਬਾਇਓਬੈਕ ਦੀ ਗੱਲ ਕੀਤੀ ਹੈ ਉਹ ਵੀ ਸਾਨੂੰ ਠੀਕ ਲੱਗਿਆ। ਰੇਟ 3800 ਰੁਪਏ ਦਾ ਰੇਟ ਹੈ ਜਿਹੜਾ ਇਸ ਟਾਈਮ, 1925 ਰੁਪਏ ਸਰਕਾਰ ਚੱਕਦੀ ਹੈ ਦੂਜੀ ਕਣਕ, ਉਹਦੇ ਨਾਲੋਂ ਵਧੀਆ ਹੈ। ਬਾਕੀ ਜਿਹੜੇ ਇਹਨਾਂ ਨੇ ਇਹਦੇ ਗੁਣ ਦੱਸੇ ਹੈ ਉਹਦੇ ਮੁਤਾਬਕ ਤਾਂ ਸਾਨੂੰ ਇਹਨਾਂ ਦਾ ਠੀਕ ਲੱਗੀ ਹੈ। ਬਾਕੀ ਤਾਂ ਹੁਣ ਹਾਂ ਅਸੀਂ 2-2 ਕਨਾਲਾਂ, ਮੈਂ ਜਿਹੜੇ ਮੇਰੇ ਨਾਲ 2-3 ਜਣੇ ਆਏ ਆ ਅਸੀਂ 2-2 ਕਨਾਲਾਂ ਬੀਜਾਂਗੇ। ਫਰੀਦਕੋਟ ਦੀ ਕਿਸਾਨ ਗੁਰੂਕੁਲ ਸੰਸਥਾ ਨੇ ਕਰੀਬ 500 ਏਕੜ ਰਕਬੇ ਵਿੱਚ ਕਾਲੀ ਕਣਕ ਦਾ ਮੁਫਤ ਬੀਜ ਵੰਡ ਕੇ ਇੱਕ ਸ਼ੁਰੂਆਤ ਕੀਤੀ ਹੈ। ਜੇਕਰ ਕਿਸਾਨ ਇਸ ਦੀ ਖੇਤੀ ਕਰਦੇ ਨੇ ਤਾਂ ਨਾ ਸਿਰਫ ਉਹਨਾਂ ਨੂੰ ਮੁਨਾਫਾ ਹੋਵੇਗਾ ਬਲਕਿ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨਾਲ ਲੜਨ ਦੀ ਵੀ ਸਮਰੱਥਾ ਲੋਕਾਂ ਵਿੱਚ ਵਧੇਗੀ। ਫਰੀਦਕੋਟ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟ, ETV ਭਾਰਤ।